आजा। आजा, आजा। वालेकुम सलाम बाबा जी जिन कट दे नहीं, बाबा घरों कूड़ा हट। अठ अठ बुछ नहीं जिन दे। ਬਾਬਾ ਦੀ ਨਾਲੀਆਂ ਵੀ ਬਾਬਾ ਜੀ ਜਿੰਨ ਵੀ ਕੱਢਦੇ ਨੇ ਚੜੇਲਾ ਵੀ ਕੱਢਦੇ ਨੇ ਤੇ ਘਰੋਂ ਆਏ ਬੰਦੇ ਵੀ ਕੱਢ ਦਿੰਦੇ ਨੇ ਬਾਬਾ ਬੜੀਆਂ ਕਰਾਮਾਤਾਂ ਵਾਲਾ ਬਾਬਾ ਕੋਈ ਮਾਮੂਲੀ ਬਾਬਾ ਨਹੀਂ ਹੈਗਾ ਅੱਛਾ ਜੀ ਜਿੰਨ ਕੱਢਦੇ ਹੋ ਪੁਸ਼ਾਪੀ ਕੀ ਹੰਨਾ ਕੀਲ ਸ਼ਕੀਲ ਜਮੀਲ ਚੱਲ ਜਾ ਮੁਰ ਜਾ ਮੜ ਫਿਪ ਓਏ ਬਾਣੀ ਦਮੀਤ ਹਟ 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 ਬਾਬਾ ਜੀ ਕੌਣ ਨਹੀਂ ਏ ਬਾਬਿਆਂ ਦੇ ਮੌਕਲ ਨੇ ਮੌਕਲ ਨੇ ਬਾਬੇ ਨੂੰ ਇਲਮ ਦਿੰਦੇ ਨੇ ਬਾਬੇ ਨੂੰ ਹਰ ਚੀਜ਼ ਦੱਸਦੇ ਨੇ ਦੱਸ ਕੁੜੀਏ ਕਿੱਧਰ ਆਈ ਹੈ ਪੁਸ਼ਾਪੀ ਬਾਬਾ ਜੀ ਮੈਂ ਬੜੀ ਦੁਖੀ ਹਾਂ ਤੂੰ ਦੁਖੀ ਹੈਂ ਹਾਂ ਤੇਨੇ ਹਰ ਸੇ ਦੀ ਕਿੱਥੇ ਸਾ ਬਾਬੇ ਨੇ ਤਾਂ ਕੋਈ ਦੁਖੀ ਨਹੀਂ ਛੱਡੀ ਮੇਰਾ ਕਹਿਣ ਦਾ ਮਕਸਦ ਹੈ ਬਲਾ ਬਲਾ ਕੇ ਤੂੰ ਹੀ ਤਾਕਤ ਦਿੱਤਾ ਜਿੰਨੇ ਵਿਆਹ ਕਰਨਾ ਸੀ ਉਹਦਾ ਵਿਆਹ ਹੋ ਗਿਆ ਜਿਹੜੀ ਘਰ ਨਹੀਂ ਸੀ ਵਸਦੀ ਉਹ ਘਰ ਵਸਦੀ ਹੈ ਜਿੰਨੂੰ ਤਲਾਕ ਚਾਹੀਦੀ ਉਹਨੂੰ ਤਲਾਕ ਲੱਭੀ ਹੈ ਜਿੰਨੂੰ ਬੱਚੇ ਨਹੀਂ ਕਰਨ ਉਹਨੂੰ ਬੱਚੇ ਹੋਏ ਨੇ ਰੇਲਾ ਬੇਲਾ ਹੋ ਗੀਆਂ ਨੇ ਮੈਂ ਤੇ ਕੋਈ ਦੁਖੀ ਰਹਿਣ ਨਹੀਂ ਦਿੱਤੀ ਤੂੰ ਕਿਦਾਂ ਹਟ ਹਟ ਜਾ ਹਟ ਹਟ ਦੇਹਦਾ ਨਹੀਂ ਸਾਇਰਾ ਆਇਆ ਸਾਇਰਾ ਆਇਆ ਮਰੀਦ ਨਹੀਂ ਆਈਏ ਚੱਲ ਚੱਲ ਜਾ ਐਂਪੀਆ ਐਂਪੀਆ ਅਬਰਦਾਨਾ ਨਹੀਂ ਲੈਟ ਅਰੋੜਾ ਬਾਬੇ ਬੜੇ ਮੋਕਲ ਮੋਕਲ ਖੁੱਲੇ ਛੱਡੇ ਨੇ ਖੁੱਲੇ ਫਿਰਦੇ ਰਹਿੰਦੇ ਨੇ ਫਿਰਦੇ ਰਹਿੰਦੇ ਨੇ ਦੱਸਦੇ ਨੇ ਬਾਬਿਆਂ ਨੂੰ ਆ ਕੇ ਕਿ ਕਿੱਥੇ ਕੀ ਹਾਲਾਤ ਨੇ ਦੱਸ ਆਪਣੀ ਫਰਿਆਦ ਦੱਸ ਕੀ ਤੈਨੂੰ ਪਰੇਸ਼ਾਨੀ ਹੈ ਸਹੀ ਗੱਲ ਹੈ ਬਾਬਾ ਕੀ ਗੱਲ ਹੈ ਕੀ ਗੱਲ ਹੈ ਕਿਉਂ ਕੀ ਗੱਲ ਕੁੜੀਏ ਕੀ ਗੱਲ ਆ ਕੀ ਦੱਸਾਂ ਬਾਬਾ ਜੀ ਕੀ ਦੱਸ ਦੱਸ ਕੁੜੀਏ ਕਿਉਂ ਪਰੇਸ਼ਾਨ ਆ ਬਾਬਿਆਂ ਕੋ ਆ ਗਈ ਤੇਰੇ ਦੁੱਖ ਦੂਰ ਹੋ ਗਏ ਬਾਬੇ ਬੜੀਆਂ ਕਰਾਮਾਤਾਂ ਲੈਣੇ ਉਹ ਬਾਬੇ ਦੀਆਂ ਕਰਾਮਾਤਾਂ ਨਹੀਂ ਵਖੀਆਂ ਅਲੇ ਤੱਕ ਆ ਵੇਖ ਨਹੀਂ ਇਹ ਕੱਪ ਬਾਬਾ ਨੇ ਦੋ ਕਰਦੇ ਫਿਰ ਮੰਨੇ ਬਾਬਾ ਤੇਰਾ ਕਮਾਲ ਹੈ ਅੱਛਾ ਨਹੀਂ ਆ ਆ ਹੈ ਬਾਬਾ ਹਾਂ ਬਾਬੇ ਕੋ ਐਵੇਂ ਹੀ ਨਹੀਂ ਹੈ ਆ ਬਾਬੇ ਨੇ ਬੜੀਆ ਮਿਹਨਤਾਂ ਕੀਤੀਆਂ ਨੇ ਬਾਬੇ ਆਨੇ ਚਿੱਲੇ ਕੱਟਣੇ ਮੰਨੀਆਂ ਦੇ ਵਾਣ ਵੱਟੇ ਨੇ ਤੇ ਫਿਰ ਬਾਬਿਆਂ ਦੀਆਂ ਮੰਨ ਕੇ ਗੱਲਾਂ ਜਾਏ ਨੇ ਐਵੇਂ ਨਹੀਂ ਆਏ ਅੱਛਾ ਜੀ ਫਿਰ ਮੰਨੇ ਕਰਨੀ ਵਾਲੇ ਬਾਬਾ ਜੀ ਕਰਨੀ ਕਰਨੀ ਵਾਲੇ ਭਰਨੀ ਵਾਲੇ ਭਜਣੀ ਵਾਲੇ ਇਹ ਕਰੋ ਇਹਦਾ ਆ ਵੇ ਪੰਜਾਬੀ ਸਭ ਜੇ ਸੁਣਨੀ ਨਾਨ ਗਾਨ ਬੈਨ ਪੂਤ ਪਾਤ ਬੈਨ ਮਗਨ 파ਟ ਕੇ ਆਟਾ ਗੁਨੇ ਛੂ ਇਹ ਬਾਬਾ ਜੀ ਦੂਜਾ ਕਿੱਥੇ ਜੇ ਕੀ ਆ ਦੂਜਾ ਨਜ਼ਰ ਨਹੀਂ ਆਉਂਦੇ ਆ ਦੋ ਹੋਏਗੇ ਨਹੀਂ ਹੋਏ ਬਾਪੇ ਬੜੇ ਕਰਾਮਾਤਾਂ ਵਾਲੇ ਨੇ ਕੁੜੀਏ ਦੱਸ ਕੀ ਪਰੇਸ਼ਾਨੀ ਹੈ ਤੇਨੂੰ ਵੱਡਾ ਮੁੰਡਾ ਦੁੱਧ ਨਹੀਂ ਪੀਂਦਾ ਨਹੀਂ ਬਾਬਾ ਜੀ ਠੀਕ ਗੱਲ ਹੈ ਕੀ ਦੱਸਾਂ ਦੁੱਖ ਤੁਹਾਨੂੰ ਆਪਣਾ ਬਾਬਾ ਜੀ ਦੱਸ ਦੇ ਜੇ ਬਾਬਿਆਂ ਕੋ ਆਈ ਹੈ ਅੱਜ ਦਿਲ ਦੀਆਂ ਗੱਲਾਂ ਕਰਦੇ ਮੁਰਾਦਾ ਪਾ ਜਾਣਗੀ ਦੱਸ ਕੀ ਪਰੇਸ਼ਾਨੀ ਹੈ ਚਲੋ ਚਲੀਦਾ ਮੇਲਾ ਬਾਬਾ ਜੀ ਹਾਏ ਕੀ ਕਹਿ ਦਿੱਤਾ ਇਹ ਕੁੜੀਏ ਵਾਗੇ ਚਲੋ ਚਲੀਦਾ ਮੇਲਾ ਹੀ ਇੱਕ ਜਿੰਦ ਆਉਣੀ ਏ ਇੱਕ ਜਾਣੀ ਏ ਇੱਕ ਜਿੰਦ ਆਉਣੀ ਏ ਤੇ ਇੱਕ ਜਿੰਦ ਜਾਣੀ ਏ ਸੱਸ ਮਰਵਾਣੀ ਵਾਹ ਕੀ ਕਹਿਣੇ ਇੱਕ ਜਿੰਦ ਆਣੀ ਏ ਤੇ ਇੱਕ ਜਿੰਦ ਜਾਣੀ ਏ ਤੇ ਸੱਸ ਮਰਾਉਣੀ ਏ ਵਾਹ ਇਹ ਕੁੜੀਏ ਤੂੰ ਸ਼ੇਰੋ ਸ਼ਾਹਰੀ ਕਰਨੀ ਏ ਨਹੀਂ ਬਾਬਾ ਜੀ ਕਿਤਾਬ ਨਹੀਂ ਲਿਖੋ ਗਈ ਨਹੀਂ ਵਾਹ ਦੁੱਖ ਦੱਸ ਰਹੀ ਤੁਹਾਨੂੰ ਮੈਂ ਆਪਣੇ ਦੁੱਖ ਦੱਸ ਰਹੀ ਅੱਛਾ ਦੁੱਖ ਦੱਸ ਰਹੀ ਹੈ ਦੱਸ ਦੁੱਖ ਕੀ ਦੁੱਖਾ ਬੱਚੇ ਮੇ ਘਰ ਛੱਡ ਆਈਆਂ ਬਹੁਤ ਚੰਗਾ ਕੀਤਾ ਬੱਚੇ ਨਾਲ ਹੁਣ ਤੇ ਸਿਆਪਾ ਹੀ ਹੈ ਕਿਸੇ ਨਾ ਕਿਸੇ ਨੂੰ ਦੱਸ ਦਿੰਦੇ ਨੇ ਫੇਨੂੰ ਦੱਸ ਦੇਣ ਕੇ ਬਾਬਿਆਂ ਕੋ ਗਈ ਹੈ ਉਹ ਕਰਕੇ ਸਾਨੂੰ ਤਵੀਜ਼ ਪਾਉਣ ਦੇਈ ਹੈ ਬੱਚੇ ਵੀ ਘਰ ਛੱਟਾ ਹੈ ਚੰਗਾ ਕੀਤਾ ਈ ਵੰਡੀ ਧੀ ਸਿਆਣੀ ਹੈ ਹਾਏ ਸੱਸ ਮਰਵਾਉਣੀ ਵਾਹ 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 ਕੀ ਸ਼ੇਰ ਕਹਿਤਾ ਕੁੜੀਏ ਤੂੰ ਤੂੰ ਤਾਂ ਮੈਨੂੰ ਲੱਗਦਾ ਸ਼ਾਇਰਾ ਤੂੰ ਕਿਤਾਬ ਲਿਖ ਤੂੰ ਇੱਟ ਹੋਣਾ ਚਾਹਨੀ ਬਾਬਿਆਂ ਕੋ ਤਾਂ ਆਈ ਐ ਬੱਚੇ ਘਰ ਛੱਡ ਆਈ ਐ ਤੇ ਵੱਡੀ ਦੀ ਸਿਆਣੀ ਐ ਤੇ ਸੱਸ ਮਰਵਾਣੀ ਐ ਵਾ ਵਾ ਪੰਜਾਬੀ ਦੱਸ ਦੁੱਖ ਦੱਸ ਰੋ ਨਾ ਬਾਬਿਆਂ ਕੋ ਆ ਗਈ ਐ ਰੋ ਨਾ ਦੁੱਖ ਦੱਸ ਹਰ ਘਰ ਦਾ ਇਹੀ ਰੋਲਾ ਬਾਬਾ ਜੀ ਹਰ ਘਰ ਦਾ ਇਹੀ ਰੋਲਾ ਬਾਬਾ ਜੀ ਇੱਕ ਨੇ ਕਮਾਣੀ ਐ ਤੇ ਸਭ ਨੇ ਖਾਣੀ ਵਾ ਵਾ ਬਿਲਕੁਲ ਤੇਰੀ ਗੱਲ ਸਹੀ ਐ ਕਿ ਇੱਕ ਨੇ ਕਮਾਣੀ ਐ ਤੇ ਸਭ ਨੇ ਖਾਣੀ ਐ ਸੱਸ ਮਰਵਾਣੀ ਐ ਵਾ ਵਾ ਉਹ ਕੁੜੀਏ ਮੇਰਾ ਤਾਂ ਦਿਲ ਕਰਦਾ ਤੇਰੇ ਹੱਥ ਚੋਂ ਲੈ ਤੂੰ ਤੇ ਸ਼ਾਇਰ ਆਲਾ ਤੇਰੇ ਇਹ ਮੈਨੂੰ ਅੱਛਾ ਬਾਬਾ ਵਾ 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 ਇੱਕ ਨੇ ਕਮਾਣੀ ਐ ਤੇ ਸਾਰੇ ਆ ਨਕਾਣੀ ਐ ਬਾਬਾ ਜੀ ਸੱਸ ਮੈਨੂੰ ਆਉਣੀ ਐ ਵਾ 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 ਓਹ ਕਿਆ ਕਰ ਨਾ ਕਿਆ ਕੜਾ ਦੁੱਖ ਹੈ ਬਾਬਾ ਇਹ ਉਹ ਦੁੱਖ ਦੱਸ ਕੁੜੀਏ ਤੂੰ ਤੇ ਸ਼ੇਰ ਸੁਣਾਉਂਦੇ ਮੈਨੂੰ ਦੁੱਖ ਕੀ ਹੈ ਤੈਨੂੰ ਹਟ ਨਾ ਕਰ ਚਾਲ ਹਟ ਉਤਰ ਓਹ ਤਰ ਗੱਲ ਕਰ ਇਹ ਬਾਬਾ ਮੋਕਰ 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 ਪੰਜਾਬੀ ਸੁਣ ਲਈਏ ਹਾਂਜੀ ਦੋ ਕੁ ਦਸ ਕੁੜੀ ਐ ਬੱਚੇ ਨਸ ਨਸ ਛੱਤ ਤੇ ਚੜਦੇ ਬੱਚੇ ਨਸ ਨਸ ਛੱਤ ਤੇ ਚੜਦੇ ਤੇ ਉਹਨਾਂ ਨੂੰ ਸਮਝਾ ਡਿੱਗਣਗੇ ਲੱਤ ਬਾਹਰ ਟੁੱਟੇਗੀ ਸੱਸ ਕਹਿੰਦੀ ਘਰ ਖਾਲੀ ਕਰ ਦੇ ਅੱਲਾ ਬੱਚੇ ਨਸ ਨਸ ਛੱਤ ਤੇ ਚੜਦੇ ਤੇ ਸੱਸ ਕਹਿੰਦੀ ਘਰ ਖਾਲੀ ਕਰ ਦੇ ਜਦੋਂ ਵੀ ਰੱਬ ਨੇ ਪੈਸਾ ਦਿੱਤਾ ਹਾਂ ਕਰਦੇ ਸਾਹਮਣੇ ਕੋਠੀ ਪਾਉਣੀ ਜੀ ਆਪੇ ਸੱਸ ਵਰਵਾਣੀ ਇਹ ਹਰ ਗੱਲ ਤੇਰੀ ਸ਼ੇਰੋ ਸ਼ਾਹਰੀ ਜੀ ਐ ਤੇ ਮੈਨੂੰ ਲੱਗਦਾ ਤੇਰਾ ਸਾਸ ਨਾ ਬਹੁਤਾ ਹੀ ਪਿਆਰ ਆ ਕੁੜੀਏ ਬਾਪਾ ਜੀ ਲੱਗ ਰਿਹਾ ਮਾਨੂੰ ਐਨਾ ਹਾਂ ਦੱਸ ਨਹੀਂ ਸਕਦੀ ਨਹੀਂ ਸਾਹਮਣੇ ਕੋਠੀ ਨਵੀਂ ਪਾਉਣੀ ਐ ਸੱਸ ਮਰਵਾਉਣੀ ਸੱਸ ਮਰਵਾਉਣੀ ਤੜੀ ਫੇਰ ਬੱਤ ਤੂੰ ਇਸ ਕੰਮ ਆਈਏ ਬਾਬੇ ਕੋ ਦੁੱਖ ਜਨ ਆ ਦੁੱਖ ਇਹ ਦੁੱਖੀ ਹੈ ਬਾਬਾ ਜੀ ਤੁਹਾਨੂੰ ਦੁੱਖ ਜਨ ਆ ਦੁੱਖ ਬਾਬਿਆਂ ਨੂੰ ਦੁੱਖ ਕੀ ਹੈ ਤੈਨੂੰ ਬਾਬਾ ਜੀ ਇਹ ਕੋਈ ਦੁੱਖ ਨਹੀਂ ਮੇਰਾ ਦੁੱਖ ਤੇ ਸੁਣ ਨੂ ਪਹਿਲੇ ਤੁਸੀਂ ਸੁਣਾਓ ਨਾ ਕੀ ਤਾਂ ਸਭ ਪਤਾ ਨਾ ਦੱਸ ਨਾ ਦੱਸ ਫਿਰ ਨਹੀਂ ਨਾ ਦੱਸ ਬਾਬਾ ਜੀ ਮੈਂ ਇੰਨਾ ਸਫਰ ਕਰਕੇ ਆਈ ਮੈਂ ਤਾਂ ਦੱਸਾਂ ਨਹੀਂ ਮੈਂ ਤੁਹਾਡਾ ਬੜਾ ਨਾਮ ਸੁਣਿਆ ਬਾਬਾ ਜੀ ਤੇ ਨਾ ਸੁਣਿਆ ਆਪ ਤੂੰ ਕਹਿੰਦੇ ਮੈਂ ਨਹੀਂ ਦੱਸਣਾ ਤਾਂ ਮੈਂ ਕਿਹਾ ਨਾ ਦੱਸ ਫਿਰ ਹਟ ਜਾ ਹਟ ਜਾਓ ਤੁਹਾਨੂੰ ਸਮਝ ਨਹੀਂ ਆਉਂਦੀ ਚਲ ਆ ਡੇਢ ਲੱਖ ਦੀ 70 ਲਈ ਮੇਰੇ ਵੱਡੇ ਮੁੰਡੇ ਨੇ ਚਲਾਣੀ ਮਾਸ਼ਾ ਅੱਲਾਹ ਜੀ ਡੇਢ ਲੱਖ ਦੀ 70 ਲਈ ਇਹ ਤਾਂ ਵੱਡੇ ਮੁੰਡੇ ਨੇ ਚਲਾਉਣੀ ਹੈ ਸੱਸ ਮਰਵਾਉਣੀ ਹੈ ਇਹ ਬਿਲਕੁਲ ਲੱਗੇ ਕਿ ਇੱਚ ਕਿਨਾਰੀ ਮੋਟਾ ਕਰਨਾ ਛੋਟੀ ਨਾਰੀ ਫਿਰ ਉਹਦੀ ਵਾਰੀ ਫਿਰ ਉਹਦੀ ਵਾਰੀ ਫਿਰ ਮੇਰੀ ਵਾਰੀ ਫਿਰ ਵਾਰੋ ਵਾਰੀ ਵਾਰੋ ਵਾਰੀ ਵਾਰੋ ਵਾਰੀ ਕੁੜੀਆ ਮੇਰੇ ਮੋਕਲਾ ਕੀ ਕਹਿੰਦੀ ਏ ਤੂੰ ਸ਼ੇਰੋ ਸ਼ੈਰੀ ਕਰ ਰਹੀ ਏ ਬਾਬਾ ਜੀ ਯਾ ਤੂੰ ਕਿਸੇ ਮਿਸ਼ਨ ਤੇ ਆਈ ਏ ਕੀ ਦੱਸਾਂ ਤੁਹਾਨੂੰ ਮੈਨੂੰ ਨਾ ਦੱਸ ਤੂੰ ਜਿਹੜਾ ਮੁਕਾ ਕਰਨੀ ਏ ਨਾ ਤੇਰਾ ਦੁੱਖ ਬਾਬੇ ਦੀ ਸਮਝ ਵਿੱਚ ਨਹੀਂ ਆ ਰਿਹਾ ਨਹੀਂ ਯਾ ਸੱਚਮੇਂ ਮੇਰਾ ਦਰਦ ਤੁਹਾਨੂੰ ਸਮਝ ਕਿਉਂ ਨਹੀਂ ਆ ਸਕਦਾ ਲਫ਼ਜ਼ਾਂ ਦਾ ਦਰਦ ਨਾਵਾ ਪੀੜ ਪੁਰਾਣੀ ਹਾਇ ਲਫਜ਼ਾਂ ਦਾ ਦਰਦ ਇਹ ਪੁਰਾਣਾ ਤੇ ਪੀੜ ਪੁਰਾਣੀ ਹੈ ਸੱਸ ਮਨਵਾਉਣੀ ਹੈ ਪੁਜਾਬੀ ਸੱਸ ਮਨਵਾਉਣੀ ਹੈ ਬਾਬਾ ਜੀ ਮੈਂ ਤਾਂ ਕਿਹਾ ਹੀ ਨਹੀਂ ਤੂੰ ਨਹੀਂ ਨਾ ਕਿਹਾ ਤੇ ਬਾਬੇ ਇਲਮਾਂ ਵਾਲੇ ਨੇ ਕਰਨੀਆਂ ਨੇ ਭਰਨੀਆਂ ਨੇ ਬਾਬਿਆਂ ਨੂੰ ਸਭ ਪਤਾ ਲੱਗ ਗਿਆ ਕਿ ਤੂੰ ਕੀ ਚਾਹਨੀ ਹੈ ਤੂੰ ਸੱਸ ਮਨਵਾਉਣੀ ਹੈ ਪੁਜਾਬੀ ਇਹ ਕੰਮਾ ਜੋ ਕੰਮ ਕੋਈ ਨਹੀਂ ਆਣਾ ਅੱਛਾ ਬਾਬਾ ਜੀ ਤੂੰ ਸੱਸ ਮਨਵਾਉਣਾ ਚਾਹਨੀ ਹੈ ਹਾਂ ਜੀ ਨਹੀਂ ਮਰਨੇ ਕਿਉਂ ਬਾਬੇ ਦੀ ਆਪਣੀ ਨਹੀਂ ਮਰੀ ਉਹਦੇ ਕੋਲ ਲੇਕਿਨ ਤੂੰ ਫਿਕਰ ਨਾ ਕਰ ਅਸੀਲਮ ਕਰਾਂਗੇ ਅਜੇ ਤੇ ਸਾਨੂੰ ਕਾਲੀ ਹਾਂਡੀ ਕਿ ਹੜਾਣੀ ਪੈਣੀ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗੱਲ ਬਦਲ ਦੇ ਤੇਰੀ ਮਿਹਰਬਾਨੀ ਹੈ ਗੱਲ ਬਦਲ ਦੇ ਛੱਡ ਦੇ ਇਸ ਗੱਲ ਨੂੰ ਬਾਬਾ ਜੀ ਮੈਨੂੰ ਦੁੱਖ ਸਿੱਧਾ ਸਿੱਧਾ ਸੁਣਾ ਮੈਨੂੰ ਸ਼ੇਰੋ ਸ਼ਾਇਰੀ ਚ ਦੁੱਖ ਨਾ ਸੁਣਾ ਗੁੜੀਏ ਕੱਲ ਆਇਆ ਮਾਮਾ ਸੋਰਾ ਤੇਰਾ ਮੂੰਹ ਦਾ ਮਿੱਠਾ ਤੇ ਦਿਲ ਦਾ ਕੋੜਾ ਆ ਆ ਆ ਆ ਕੱਲ ਆਇਆ ਮਾਮਾ ਸੋਰਾ ਮੂੰਹ ਦਾ ਮਿੱਠਾ ਤੇ ਦਿਲ ਦਾ ਕੋੜਾ ਸੁੱਤੀ ਨੇ ਮੈਨੂੰ ਉਠਾ ਕੇ ਕਹਿੰਦੀ ਕੀ ਕਾਕੀ ਚਾਹ ਤੂੰ ਹੀ ਬਣਾਉਣੀ ਤੂੰ ਸੱਸ ਬਣਾਉਣੀ ਆ ਮੇਰੇ ਕੋ ਗਿੱਟੇ-ਕੋਟੇ ਨਾ ਤੋੜ ਲਈ ਮੈਨੂੰ ਦੁੱਖ ਸੁਣਾ ਕੀ ਕਰੀ ਜਾਨੀ ਤੂੰ ਬਾਬਾ ਜੀ ਦੁੱਖ ਐ ਦੁੱਖ ਕਹਨੇ ਚਾਹ ਮੈਂ ਬਣਾਉਣੀ ਐ ਤੇ ਸੱਸ ਮਰਵਾਉਣੀ ਆ ਤੇਨੂੰ ਨਹੀਂ ਪਤਾ ਸੱਸਾਂ ਬੜੀਆਂ ਚੰਗੀਆਂ ਹੁੰਦੀਆਂ ਆ ਤੂੰ ਉਹਨਾਂ ਦਾ ਖਿਆਲ ਰੱਖਿਆ ਕਰ ਸੱਸ ਆ ਮਰਵਾਉਣਾ ਆ ਗਈ ਏ ਬਾਬਾ ਜੀ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਕਿ ਸੱਸ ਦੇ ਵਿੱਚ 1 ਸੱਸ ਆ ਤੇ ਸੱਪ ਦੇ ਵਿੱਚ 2 ਨੇ ਇਹ ਤੈਨੂੰ ਬਹੁਤਾ ਪਤਾ ਬਾਬਾ ਤਾਂ ਮੰਨ ਲਈ ਕਰਦਾ ਪਾਪੇ ਨੇ ਬੜੀ ਕੋਸ਼ਿਸ਼ ਕੀਤੀ ਏ ਨਹੀਂ ਮਰਨ ਢਈ ਕੋ ਬਾਬਾ ਨਵਾਂ ਲੱਭ ਮੈਂ ਵੀ ਤੇਰੇ ਨਾਲ ਚੱਲਾਂ ਉੱਥੇ ਸੱਸ ਮਰਵਾਉਂਦੇ ਆਂ ਇਕੱਠੇ ਹਟ ਜਾ ਜਿਹੜੇ ਕੰਮ ਤੂੰ ਆਈਂ ਇੰਜ ਕੰਮ ਕਰਦੇਗਾ ਬਾਬਾ ਤੇਰਾ ਅੱਛਾ ਜੀ ਤੇਰੀ ਸੱਸ ਰਾਤ ਨੂੰ ਇੰਜ ਗਈ ਦੁਨੀਆ ਤੋਂ ਅੱਛਾ ਜੀ ਅੱਲਾ ਤੂੰ ਕੀ ਸਮਝਿਆ ਬਾਬਿਆਂ ਨੂੰ ਕਾਲੀ ਹਾਂਡੀ ਚੜਾਉਣੀ ਆ ਨਨਾਨ ਮੇਰੀ ਹਰ ਗੱਲ ਤੇ ਲੜਦੀ ਸੜਦੀ ਕੁੜਦੀ ਗੁੱਸਾ ਕਰਦੀ ਲੈ ਇਹਨੇ ਕਿਹਾ ਇਹਨੂੰ ਵਿਆਹ ਦੇਉ ਇਹਨੇ ਵੀ ਤਾਂ ਸਿਰ 'ਚ ਖੇ ਹੀ ਪਾਉਣੀ ਉਹ ਤੇਨੂੰ ਇਸ ਗੱਲ ਦੇ ਇਲਾਵਾ ਕੋਈ ਗੱਲ ਆਉਂਦੀ ਏ ਫੇਰ ਇੱਥੇ ਪਰਦ ਪਰਦ ਕੇ ਆਉਣੀ ਏ ਤੂੰ ਸਿੱਧੀ ਤਰ੍ਹਾਂ ਮੈਨੂੰ ਦੱਸ ਤੂੰ ਕੀ ਚਾਹਨੀ ਏ ਉਹਨੂੰ ਵਿਆਹ ਦੇਉ ਦੁੱਖ ਨਹੀਂ ਸਮਝ ਰੇ ਮੇਰਾ ਬਾਬਾ ਉਹ ਮੈਂ ਤੇਰਾ ਦੁੱਖ ਕੀ ਸਮਝਾਂ ਮੈਂ ਆਪ ਦੁਖੀ ਹੋ ਗਿਆ ਤੇਰੇ ਤੋਂ ਉਹ ਗੱਲ ਸ਼ੇਰੋ ਸ਼ੈਰੀ ਤੋਂ ਬਾਹਰ ਆ ਉਹ ਕੋ ਮੈਨੂੰ ਦੱਸ ਕੇ ਬਾਬਾ ਜੀ ਮੇਰਾ ਇਹ ਸਿਆਪਾ ਕਰਦੇ ਹੋ ਉਹ ਮੈਂ ਉਹ ਸਿਆਪਾ ਕਰਾ ਦੇਣਾ ਨਨਾਂ ਵੀ ਪਾ ਲੈਣੀ ਏ ਵੇਜ ਮਾਮਾ ਸੋਹਰਾ ਵੀ ਪਾ ਲੈਣੀ ਏ ਪਤਾ ਨਹੀਂ ਨਨ ਕਿਆ ਨੇ ਆਈਆਂ ਕਿ ਬਾਬੇ ਕੋ ਆਈਆਂ ਹੈ ਲੈ ਸਰਦੀਆਂ ਚ ਫ੍ਰਿਜ ਲੈ ਲੈ ਲਓ ਬੇਵਕੂਫ ਨਾਲੇ ਕਹਿੰਦੀ ਸਸਤੀ ਮਿਲਦੀ ਨਾਲੇ ਮੈਂ ਵਿੱਚ ਆਈਸਕ੍ਰੀਮ ਬਣਾਉਣੀ ਸੱਸ ਮਰਵਾਉਂ ਉੜ ਜਾ ਇਥੋਂ ਉਠੇ ਥੋਂ ਮੈਨੂੰ ਸਿੱਧੀ ਰਾਹ ਦੱਸ ਕੇ ਤੈਨੂੰ ਉਹਦੇ ਕੋ ਦੁੱਖ ਗਈ ਐ ਮੈਂ ਸੱਸ ਮਰਵਾਉਣੀ ਫਤ ਮਰਵਾਉਣੀ ਬੋਲ ਕੇ ਨਹੀਂ ਗਿਆ ਇਹਦੀ ਬੋਲ ਕੇ ਦੁੱਖ ਦੱਸ ਨਾ ਰਿਸ਼ਤੇਦਾਰ ਭਾਈ ਹੁੰਦੇ ਆ ਤੂੰ ਕੌਣ ਕੀ ਐ ਆਪਣੇ ਦਿਲ ਦੀ ਗੱਲ ਕਰ ਦਿਲ ਦੀ ਪੰਜਾਬੀ ਇਹ ਹੀ ਮਤ ਮੈਂ ਕੱਲੀ ਨੇ ਕੀਤੀ ਵਾ ਵੈਸੇ ਰੀਤ ਪੁਰਾਣੀ ਸੱਸ ਮਰਵਾਉਣੀ ਉਠੇ ਉੱਠ ਜਾ ਤੂੰ ਨਿਕਲ ਮੈਂ ਹੀਮਤ ਮੈਂ ਕਿਹਾ ਕਲੀਮਤ ਕਰਕੇ ਆ ਗਈ ਹੈ ਘਰਾਂ ਦੇ ਵੀ ਦੁਖੀ ਨੇ ਸਹੁਰਤ ਕੋਲ ਤੇਰੀ ਤਾਂ ਪੁਰਾਣੀ ਏ ਕੀ ਦੱਸਾਂ ਬਾਬਾ ਜੀ ਉਹ ਦੱਸਦੇ ਨੇ ਕਿ ਦੇਲੀ ਚ ਕੀ ਦੱਸਾਂ ਜਦੋਂ ਵੀ ਮੇਰੇ ਪੇਕੇ ਆਉਣ ਮੈਨੂੰ ਕਹਿੰਦੀ ਦਾਲੀ ਪਕਾਉਣੀ ਪੁਸ਼ਾਪੀ ਹੂੰ ਦਾਲੀ ਬਗਾਉਣੀ ਏ ਅੱਗੋ ਬਾਬਾ ਸਮਝ ਗਿਆ ਅਗੋ ਬਾਬਾ ਸਮਝਿਆ ਬਾਬਾ ਸਮਝਾਉਣੀ ਹੈ ਮੈਂ ਤਾਂ ਕਿਹਾ ਹੀ ਨਹੀਂ ਤੂੰ ਕਿਹਾ ਨਹੀਂ ਮੈਂ ਤਾਂ ਮਹਿਸੂਸ ਕਰਨਿਆ ਨਾ ਬਾਬਾ ਜੀ ਤੁਹਾਡੀ ਮਹਿਸੂਸ ਕਰਨ ਦੀ ਉਮਰ ਨਹੀਂ ਰਹੀ ਵੈਸੇ ਅਗੋ 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 ਜ਼ਬਾਨ ਚਲਾਨੀ ਪਾਬਿਆ ਨਾ ਸੜ ਦੁੱਖ ਤੈਨੂੰ ਮਹਿਸੂਸ ਨਹੀਂ ਹੋਣਾ ਤੇ ਕਿੰਨੂ ਹੋਣਾ ਬਾਬਾ ਜੀ ਉਹ ਜਿਹੜੀ ਤੂੰ ਦੁਖੀ ਹੈ ਮੈਨੂੰ ਪਤਾ ਜਿਹੜੀ ਸੱਸ ਮਰਵਾ ਰਹੀ ਆ ਗਈ ਬਾਬੇ ਨੂੰ ਤਾਂ ਮਿੰਡ ਲੱਗੇਗੀ ਮਰਵਾ ਦੇਗੀ ਉਹ ਚਲੀ ਜਾ ਥੋ ਬਾਬਾ ਜੀ ਮੇਰੀ ਫਰਿਆਦ ਸੁਣ ਲਉ ਮੈਂ ਨਹੀਂ ਤੇਰੀ ਫਰਿਆਦ ਸੁਣੀ ਨਾ ਮੈਂ ਤੇਰਾ ਰਿਆ ਸੁਣਨਾ ਨਾ ਮੈਂ ਤੇਰੀ ਫਰਿਆਦ ਸੁਣੀ ਚਲੀ ਜਾ ਥੋ ਬਾਬਾ ਜੀ ਹਾਂ ਜੇ ਤੁਸੀਂ ਵੀ ਨਹੀਂ ਸੁਣਨੀ ਹਾਂ ਤੇ ਮੈਂ ਇਲਤਜਾ ਕਿੰਨੂ ਬਾਬਿਆਂ ਕੋ ਲਈ ਤੂੰ ਸੱਸ ਮਰਵਾਉਣੀ ਪੁਸ਼ਾਪੀ ਓਏ ਇਹਦੇ ਇਲਾਵਾ ਤੂੰ ਮੈਨੂੰ ਬਦਮਾਸ਼ ਸਮਝਿਆ ਦਾ ਮੇਰੇ ਹੱਥ 'ਚ ਪਿਸਤੌਲ ਵੇਖ ਰਹੀ ਏ ਆ 12 ਬੋਰ ਆ ਕ ਤੇਲਵਾਰ ਆ ਮੈਂ ਤੇਰੀ ਸਾਦੀ ਤੋਣ ਲਾ ਦੇਗਾ ਇੰਜ ਕਰਕੇ ਓ ਤੂੰ ਮੈਨੂੰ ਸਮਝਿਆ ਕੀ ਏ ਮੈਨੂੰ ਐਂ ਦੱਸ ਅਜ ਕੱਖ ਵੀ ਨਹੀਂ ਬਾਬਿਆਂ ਨੋਕੋ ਜਿਹੜੇ ਸਮਝ ਨਹੀਂ ਹਣ ਜਾ ਚੱਲ ਜਾ ਫਟਾ ਓ ਨਾ ਪਰੋ ਹਾਂ ਚੱਪ ਅੱਥੇ ਬਾਤ ਬਾਬਾ ਜੀ ਮੋਕਲ ਤੁਹਾਡੇ ਕੀ ਜੇ ਨੇ ਮੇਰੇ ਨਹੀਂ ਮੈਂ ਰੋਕੇ ਰੱਖੇ ਨੇ ਨਹੀਂ ਤੇ ਮੋਕਲ ਤੈਨੂੰ ਪੈ ਜਾਣ ਤੈਨੂੰ ਪਤਾ ਹੀ ਨਾ ਲੱਗੇ ਤੂੰ ਕਿੱਥੇ ਗਈ ਹੈ ਇਹ ਮੋਕਲ ਕਿਤੇ ਮੇਰੀ ਸੱਸ ਨੂੰ ਘੁਆ ਦੇ ਉਹ ਹੋਰੀ ਗੱਲ ਦੱਸ ਗਈ ਇੱਥੇ ਆ ਜਾ ਬਾਬਿਆਂ ਦੇ ਕੋਲ ਨੇੜੇ ਆ ਬਾਬਿਆਂ ਕੋ ਲੱਗੇ ਆ ਤੈਨੂੰ ਬਾਬੇ ਕਹਿ ਰਹੇ ਨੇ ਅਨੂ ਵੀ ਲਾਇਆ ਇੱਥੇ ਆ ਮੇਰੇ ਕੋਲ ਉਸ ਤੋਂ ਬਗੈਰ ਕੰਮ ਨਹੀਂ ਹੋਣਾ ਤੈਨੂੰ ਪਤਾ ਨਹੀਂ ਹੈ ਮੋਕਲ ਉਹਦੇ ਚ ਚਲੇ ਗਏ ਨੇ ਬਾਬਿਆਂ ਦੇ ਕਿੱਡੀ ਵੱਡੀ ਦੁਨੀਆ ਬਾਬਾ ਜੀ ਵਾ 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 ਬਹੁਤ ਵੱਡੀ ਦੁਨੀਆ ਹੈ ਅੱਲਾ ਨਹੀਂ ਚਲਾਉਣੀ ਅੱਲਾ ਨਹੀਂ ਚਲਾਉਣੀ ਇਹ ਵੱਡੀ ਦੁਨੀਆ ਐ ਐ ਡਾਂਗ ਸਿਰ ਬਾਬੇ ਨੇ ਤੇਰੇ ਤੇ ਚਲਾਉਣੀ ਐ। ਉਹ ਤੂੰ ਸੱਸ ਬਰਉਣੀ ਮੈਨੂੰ ਕੀ ਸਮਝ ਲਿਆ ਵਾ ਮੈਨੂੰ ਵੀ ਤੇ ਦੱਸੇ ਨਾ ਮੈਂ ਕੌਣ ਆ। ਬਾਬਾ ਜੀ ਮੈਨੂੰ ਤੁਸੀਂ ਇਹ ਦੱਸੋ ਕਿ ਕੀ ਲੱਗੇਗਾ ਬੱਕਰਾ ਲੱਗੇਗਾ ਮੁਰਗੀ ਲੱਗੇਗੀ ਯਾ ਕੀ ਲੱਗੇਗਾ। ਐ ਹੋਂ ਤੂੰ ਅਸਲ ਗੱਲ ਤੇ ਗੁੜੀ ਆਈ ਐ ਨਾ। ਜੇ ਤੇ ਤੂੰ ਜਾਣੀ ਐ ਕਿ ਇੰਜ ਕਰਕੇ ਸੱਸ ਤੇਰੀ ਮੰਜੀ ਤੇ ਪੈ ਜਾ ਹਿੱਲੇ ਨਾ ਉੱਠੇ ਨਾ ਬੋਲੇ ਨਾ ਚੱਲੇ ਨਾ ਉਹਦੇ ਐਸੇ ਲਗਣੀ ਬੱਕਰਾ। ਬੱਕਰਾ ਬਾਬਾ ਜੀ ਬੱਕਰਾ ਲੈ ਲੰਦ ਲੈ ਲੰਦ ਲੈ ਲੈ ਦਾ ਬੱਕਰਾ ਕੀ ਮੇਂਗਣਾ ਕੋਣੀ ਉਹਨੂੰ ਪਲਾਸਟਿਕ ਦੀਆਂ ਬੱਕਰਾ ਬੱਕਰਾ ਚੰਗਾ ਤਗੜਾ ਬੱਕਰਾ ਕਮਤ ਘਮ 70 80 ਹਜ਼ਾਰ ਰੁਪਏ ਵਾਲਾ ਬੱਕਰਾ ਚਾਹੀਦਾ ਜਿਹਦੇ ਚ ਡੇਢ ਮਣ ਕੋ گوشਤ ਨਿਕਲੇ ਫੇਰ ਤੇਰੀ ਸੱਸ ਪੁੱਠੀ ਹੋਣੀ ਹੋ ਨਾ ਹੀ ਤੇ ਨਹੀਂ ਕਿਉਂਕਿ ਤੇਰੀ ਸੱਸ ਮੂਕ 뮤지컬 ਸੱਸ ਆ ਜਿਹੜੇ ਸ਼ਹਿਰੋ ਸ਼ਾਰੀ ਚ ਮਰਨੀ ਹੈ ਜਿਵੇਂ ਤੂੰ ਮਾਰਨ ਲਈ ਹੈ ਇੰਨੇ ਉਂਝ ਮਰਨਾ ਪੁਸ਼ਾਪੀ ਉਹਦੇ ਵਾਸਤੇ ਬਾਬੇ ਨੂੰ ਵੀ ਗਾਣਾ ਲਖਾਣਾ ਪੈਣਾ ਕਿਹੜਾ ਬਾਬਾ ਫੇਰ ਇੱਕ ਗਾਣਾ ਕਰਾਉਣਾ ਪੈਣਾ ਬੱਕਰੇ ਦੇ ਅੱਗੇ ਫੇਰ ਜਾ ਕੇ ਤੇਰੀ ਸੱਸ ਨੇ ਹਾਂ ਹਾਂ ਕਰਕੇ ਪੜਕਣਾ ਬਾਬਾ ਜੀ ਅੱਗੇ ਤੇ ਚਿੱਲੇ ਕੱਟੇ ਜਾਂਦੇ ਸੀ ਹੁਣ ਕਾੜੇ ਕਰੀਂ ਤੇਰੀ ਸੱਸ ਮਰਨੀ ਤੇ ਤੂੰ ਦੁੱਖ ਮੈਨੂੰ ਸੁਣਾਵੇਂ ਜਿਹੜੀ ਹੈ ਪਹਿਲੇ ਆਪਣਾ ਦੁੱਖ ਤੇ ਦੱਸ ਕੇ ਜਿੰਦਾ ਸੁਣਾਉਂਦੀ ਓਂਜੇ ਨੇ ਚਿੱਲਾ ਹੋਣਾ ਵਾ ਹੋਰ ਦੱਸ ਕੀ ਤੇਰੀ ਖੁਆਇਸ਼ਾ ਜਿੰਨੂੰ ਫੋਲ ਕੇ ਵੇਖੋ ਬਾਬਾ ਜੀ ਨਵੀਂ ਕਹਾਣੀ ਸੱਸ ਹਟ ਜਾ ਹਟ ਜਾ ਓ ਤੂੰ ਇੱਥੇ ਦੀ ਫੱਸੀ ਪਈ ਹੈ ਕਿ ਸੱਸ ਮਰਵਾਉਣੀ ਹੈ ਸੱਸ ਮਰਵਾਉਣਾ ਤੇ ਸ਼ੇਰ ਨਹੀਂ ਪੈਸੇ ਚਾਹਦੇ ਆ ਪੈਸੇ ਤੈਨੂੰ ਤੈਨੂੰ ਕਿਹਾ ਬੱਕਰਾ ਲਗਣਾ ਬੱਕਰੇ ਦੇ ਪੈਸੇ ਦੇ ਬਾਬਿਆਂ ਨੂੰ ਨਹੀਂ ਬਾਬਾ ਜੀ ਆਓ ਫਿਰ ਬਾਬਿਆਂ ਨੂੰ ਦਿਓ ਤੇ ਬਾਬਾ ਤੁਹਾਡੇ ਮਸਲੇ ਹੱਲ ਕਰੇਗਾ ਆਹ ਆਹ ਮੈਂ ਤੁਹਾਨੂੰ ਪਹਿਲੇ ਕਿਹਾ ਸੀ ਪੈਸਿਆਂ ਦੀ ਲੈਣ ਨਹੀਂ ਹੈ ਬਾਬਾ ਜੀ ਵੱਡੀ ਸੁਦਾਗਰ ਲਗੀ ਬੈਂਕ ਲੁੱਟ ਗਏ ਆਈਏ ਕੁੜੀਏ ਔਰ 150 ਰੁਪਏ ਦੇ ਨਹੀਂ ਹੈ ਬਾਬਿਆਂ ਕੋ ਤੇ ਸੱਸ ਮੰਗ ਨਹੀਂ ਤੋ ਆਵੇ ਆ ਕਿੰਨੇ ਮੋਕਲ ਆ ਆ ਨਜ਼ਰ ਆਉਂਦੇ ਆ ਆਵੇ ਆਵੇ ਉਹ ਪੰਜਾ ਪੰਜਾ ਇਹਨਾਂ ਨੂੰ ਦੇ ਆ 4000 ਮੈਨੂੰ ਕੋਲੋਂ ਬੈ ਜਾਣਾ ਵਾ ਬਾਬਾ ਜੀ ਮੈਨੂੰ ਤਾਂ ਵੋਕਲ ਕਿਤੇ ਨਹੀਂ ਨਜ਼ਰ ਆ ਰਹੀ ਤੈਨੂੰ ਸਿਰਫ ਸੱਸ ਦੇ ਇਲਾਵਾ ਕੱਖ ਨਹੀਂ ਨਜ਼ਰ ਆਉਣਾ ਪੁਸ਼ਾਪੀ ਆ 150 ਚ ਸੱਸ ਮਰਵਾਉਣ ਟੋਰ ਪਈ ਐ ਸੌਣ ਲਾ ਕੀ ਹਾਲਾਤ ਵਾਕਿਆਤ ਹੋ ਗਏ ਨੇ ਆ ਦੁਨੀਆ ਤੇ ਜੋ ਕਰਨਾ ਇੱਥੇ ਹੀ ਰਹਿ ਜਾਣਾ ਵਾ ਸਮਝੀ ਐ ਨਾ ਉੱਤੇ ਜਾ ਕੇ ਹਿਸਾਬ ਹੋਣਾ ਜੋ ਕਰਨੀ ਇੰਨੇ ਚ ਸੱਸ ਨਹੀਂ ਮਰਨੀ ਚਲੀ ਜਾ ਫਾਇਗਾ ਪੜੇ ਪੜੇ ਅੱਗੋ ਵੇਖਦੀ ਕੀ ਏ ਢੇਲੇ ਪਾਰ ਪੜ ਕੇ ਚਲੀ ਜਾ ਸਾਰ ਕੇ ਬਸਮ ਕਰਦੇ ਆਂਗਾ ਠੀਕ ਏ ਬਾਬਾ ਜੀ ਬਾਬੇ ਆਂਗਾ ਤੂੰ ਹਾਲੀ ਜਲਾਲ ਨਹੀਂ ਵੇਖਿਆ ਬੋ ਵੀ ਵੇਖਣ ਆਈ ਸ ਨਜ਼ਰ ਹੀ ਨਹੀਂ ਆਇਆ ਇਹ ਹੁਣ ਜਲਾਲ ਆਏਗਾ ਬਾਬੇ ਅੱਜ ਜਦੋਂ ਤੈਨੂੰ ਸਾਰ ਕੇ ਸੁਹਾ ਕਰਾਂਗਾ ਬਾਬਾ ਜੀ ਐ ਫੜੋ ਪੈਸੇ ਅਸੀਂ ਕਦੀ ਕਿਸੇ ਦਾ ਹੱਕ ਨਹੀਂ ਰੱਖਿਆ ਤੂੰ ਵੀ ਅਧਿਕਾਰ ਬਚਿਆਂ ਦੀ ਰੋਟੀ ਲੈ ਜਾਣੀ ਨਾ ਸੱਸ ਮਰਵਾ ਉੱਠ 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 ਉੱਠ